ਸਤਿ ਸ਼੍ਰੀ ਅਕਾਲ ਮੈਂ ਰਤੀ ਮਾਨ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਗੱਲ ਕਰਾਂਗੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਬੇਸ਼ੱਕ ਸਿੱਧੂ ਮੂਸੇਵਾਲਾ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਪਰ ਉਹਨਾਂ ਦੇ ਚਾਹਣ ਵਾਲਿਆਂ ਦੇ ਦਿਲਾਂ ਦੇ ਵਿੱਚ ਅੱਜ ਵੀ ਸਿੱਧੂ ਬਹੁਤ ਗਹਿਰੇ ਤਰੀਕੇ ਦੇ ਨਾਲ ਰਾਜ ਕਰ ਰਿਹਾ ਅਤੇ ਸਿੱਧੂ ਮੂਸੇਵਾਲੇ ਦੀ ਸੋਚ ਦੇ ਉੱਤੇ ਹੁਣ ਉਹਨਾਂ ਦੇ ਫੈਨਸ ਚੱਲਣ ਲਈ ਵੀ ਤਿਆਰ ਹੋ ਰਹੇ ਨੇ ਜੀ ਹਾਂ ਜਿਹੜੇ ਸਿੱਧੂ ਮੂਸੇਵਾਲੇ ਦੇ ਫੈਨ ਨੇ ਉਹ ਵਿਦੇਸ਼ੋਂ ਆਏ ਮਹਿੰਗੀਆਂ ਤੇ ਲਗਜ਼ਰੀਆਂ ਗੱਡੀਆਂ ਲੈ ਕੇ ਉਹ ਸਿੱਧੂ ਮੂਸੇਵਾਲੇ ਦੇ ਪਿੰਡ ਮੂਸਾ ਪਹੁੰਚੇ ਜਿੱਥੇ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਨੂੰ ਉਸ ਗੱਡੀ ਦੇ ਵਿੱਚ ਬਿਠਾ ਕੇ ਸਿੱਧੂ ਮੂਸੇਵਾਲੇ ਦਾ ਜਿਹੜਾ ਪੁਰਾਣਾ ਘਰ ਸੀ ਉੱਥੇ ਪਹੁੰਚੇ ਅਤੇ ਉਹ ਪੁਰਾਣੀਆਂ ਯਾਦਾਂ ਨੂੰ ਯਾਦ ਕੀਤਾ ਉੱਥੇ ਹੀ ਹੁਣ ਸਿੱਧੂ ਮੂਸੇਵਾਲੇ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕੱਲੀਆਂ ਗੱਡੀਆਂ ਨਹੀਂ ਖੜੀਆਂ ਇਹ ਮੁੰਡੇ ਜਿਵੇਂ ਦੱਸਦੇ ਨੇ ਵੀ ਅਸੀਂ ਉਹਨੂੰ ਦੇਖ ਕੇ ਇਸ ਗੱਲ ਤੋਂ ਉਤਸ਼ਾਹਿਤ ਹੋਏ ਹਾਂ ਵੀ ਇਹ 30 ਸਾਲ ਹੋ ਗਏ ਮੇਰਾ ਖਿਆਲ ਕਹਿੰਦੇ ਸਾਡੇ ਫਾਦਰ ਨੂੰ ਗਿਆ ਨੂੰ ਤੇ ਇਹ ਤਾਂ ਮੇਰਾ ਖਿਆਲ ਬਹੁਤ ਛੋਟੇ ਹੋਣਗੇ ਜਦੋਂ ਉੱਧਰ ਚਲੇ ਗਏ ਪਰ ਇਹ ਕਹਿੰਦੇ ਵੀ ਅਸੀਂ ਸਿੱਧੂ ਨੂੰ ਦੇਖ ਕੇ ਇੱਧਰ ਆਏ ਹਾਂ ਅਤੇ ਆਪਦੀਆਂ ਗੱਡੀਆਂ ਸ਼ਿਪ ਕਰਕੇ ਲਿਆਏ ਆ ਬਕਾਇਦਾ ਇੱਥੇ ਇਹ ਵੀ ਚਾਹੁੰਦੇ ਨੇ ਹੁਣ ਇੱਥੇ ਵੀ ਅਸੀਂ ਵੀ ਆਪਦੀ ਜਿਹੜੀ ਪੁਰਾਣੀ ਖੇਤੀ ਆ ਜਾਂ ਹੋਰ ਆ ਜਿਸ ਤਰ੍ਹਾਂ ਉਹ ਵਾਪਸ ਆਏ ਸੀ ਅਸੀਂ ਇੱਥੇ ਆ ਕੇ ਸੰਭਾਲੀਏ ਅਤੇ ਉਹਦੀ ਤਾਂ ਲੱਗੀ ਹੋਈ ਜਿਹੜੀ ਇਹ ਲਾਗ ਹੈ ਮੇਰਾ ਖਿਆਲ ਆਉਣ ਵਾਲੇ ਸਮੇਂ 'ਚ ਵੀ ਕੰਮ ਦੇਊਗੀ ਵੀ ਬਾਹਰ ਜਿਹੜੇ ਬਹੁਤ ਪੈਸੇ ਵਾਲੇ ਲੋਕ ਬੈਠੇ ਆ ਸਾਡੀ ਭਾਵਾਂ ਸਟੇਟ ਦਾ ਇੱਥੇ ਮਾੜਾ ਹਾਲ ਹੈ ਵੀ ਸ਼ਾਇਦ ਉਹਦਾ ਸਮੇਂ ਨੂੰ ਆਉਣ ਵਾਲੇ ਸਮੇਂ 'ਚ ਫਾਇਦਾ ਹੋਵੇ ਪੰਜਾਬੀਆਂ ਨੂੰ ਜਿਵੇਂ ਕਿ ਆਪਣਾ ਮੁੰਡਾ ਚਾਹੁੰਦਾ ਸੀ ਪਰ ਮੈਨੂੰ ਭਗਵੰਤ ਮਾਨ ਵਾਲੇ ਨਹੀਂ ਜ਼ਰੂਰ ਵੀ ਕਿਤੇ ਨਜ਼ਰ ਆਉਂਦੇ ਜਿਹੜੇ ਉਹ ਰੋਜ਼ ਐਲਾਨ ਕਰਦਾ ਵੀ ਇੱਧਰ ਆਉਣਗੇ ਕਦੇ ਉਹ ਵੀ ਪ੍ਰੈਸ ਕਾਨਫਰੰਸ ਕਰਕੇ ਦੱਸਦੇ ਵੀ ਆਹ ਖੜੇ ਨੇ ਮੇਰੇ ਜਿਹੜੇ ਕੈਨੇਡਾ ਛੱਡ ਕੇ ਮੇਰੇ ਕਹਿਣ 'ਤੇ ਇੱਥੇ ਆ ਗਏ ਇੱਥੇ ਤਾਂ ਰੋਜ਼ ਲਾਰਾ ਲੱਗਿਆ ਹੋਇਆ ਇਹ ਤਾਂ ਇਸ ਮਿਸ਼ਨ ਨੂੰ ਲੈ ਕੇ ਆਏ ਨੇ ਸਮੇਤ ਗੱਡੀਆਂ ਸ਼ਿਪ ਕਰਕੇ ਲਿਆਏ ਨੇ ਵੀ ਅਸੀਂ ਇੱਥੇ ਹੁਣ ਖੇਤੀ ਵੀ ਸ਼ੁਰੂ ਕਰਨੀ ਹੈ ਜਿਵੇਂ ਵੀ ਉਹ ਸ਼ੁਭਦੀਪ ਜੀਵਨ ਜਿਉਂਦਾ ਸੀ ਉਸ ਤਰ੍ਹਾਂ ਦੀ ਕੋਸ਼ਿਸ਼ ਕਰਾਂਗੇ ਅਸੀਂ ਉਹ ਭਾਵਾਂ ਨਹੀਂ ਬਣ ਸਕਦੇ ਜਾਂ ਉਹਦੇ ਵਾਲਾ ਫੀਲਡ ਸਾਡੇ ਕੋਲ ਹੈ ਨਹੀਂ ਗਾ ਪਰ ਅਸੀਂ ਖੇਤੀ ਦੇ ਰੂਪ 'ਚ ਜਾਂ ਹੋਰ ਕੰਮਾਂ ਦੇ ਰੂਪ 'ਚ ਜ਼ਰੂਰ ਆਪਦੀ ਸਟੇਟ ਦਾ ਇੱਥੇ ਹੱਥ ਵਟਾਵਾਂਗੇ ਨਹੀਂ ਉਹ ਤਾਂ ਪਤਾ ਕੀ ਹੈ ਬਾਈ ਜੀ ਥੋੜ੍ਹੇ ਘਣੇ ਲੋਕ ਨੇ ਜਿਹੜੇ ਇਹਨਾਂ ਦੇ ਲੋਕਾਂ ਦੇ ਸ਼ਿੰਗਾਰੇ ਹੋਏ ਨੇ ਬਾਕੀ ਮੈਨੂੰ ਕਿਸੇ ਪਬਲਿਕ 'ਚੋਂ ਤਾਂ ਮੈਂ ਕਦੇ ਇੱਦਾਂ ਦੀ ਕੋਈ ਗੱਲ ਸੁਣੀ ਨਹੀਂ ਬਹੁਤੀ ਪਰ ਜੋ ਆ ਮਾਰਦੇ ਨੇ ਉਹ ਮੇਰਾ ਖਿਆਲ ਸ਼ਾਇਦ ਵੀ ਉਹਦੀ ਛਵੀ ਨੂੰ ਖਰਾਬ ਕਰਨ ਦੀ ਜਾਂ ਸਰਕਾਰ ਕਿਸ ਪੱਧਰ 'ਤੇ ਸੋਚਦੀ ਹੈ ਇਹਦੀ ਆਪਦੀ ਸੋਚਣੀ ਹੈ ਸ਼ਾਇਦ ਇਹਨੂੰ ਅੱਜ ਰਾਜ ਭਾਗ ਦੇ ਹਿਸਾਬ ਨਾਲ ਇਹ ਲੱਗਦਾ ਹੋਵੇ ਵੀ ਮੈਨੂੰ ਇਹ ਗੱਲ ਮੇਰੇ ਰਾਸ ਆਉਂਦੀ ਹੈ ਪਰ ਜੋ ਮੇਰੀ ਸੋਚਣੀ ਹੈ ਜਾਂ ਲੋਕਾਂ ਦੀ ਸੋਚਣੀ ਹੈ ਵੀ ਇਹ ਇਹਨਾਂ ਦੀ ਸੋਚ ਇਹਨਾਂ ਦੇ ਕੰਮ ਨਹੀਂ ਆਊਗੀ ਬਲਕਿ ਇਹ ਆਪਦਾ ਇਸ ਸੋਚ ਨੁਕਸਾਨ ਕਰਾਉਣਗੇ ਬਿਹਤਰ ਇਹੀ ਸੋਚਣ ਵੀ ਉਸ ਮੁੰਡੇ ਨੂੰ ਨਿਆਂ ਵਾਲੇ ਪਾਸੇ ਅਸੀਂ ਤੁਰੀਏ ਸਾਜਿਸ਼ ਘਾੜੇ ਆ ਜਿਹੜੇ ਬੰਦਿਆਂ ਨੇ ਇਹ ਗੱਲ ਕਰਵਾਇਆ ਉਹਨਾਂ ਨੂੰ ਲਿਆ ਕੇ ਸਾਹਮਣੇ ਖੜੇ ਕਰੀਏ ਬਗਾਏ ਕੇਸ ਦੇ ਕੇ ਉਹਨਾਂ ਦਾ ਅਸੀਂ ਪੱਖ ਪੂਰੀਏ ਅਸੀਂ ਤਾਂ 24 ਘੰਟੇ ਇਹੀ ਉਮੀਦ ਰੱਖਦੇ ਹਾਂ ਅੱਗੇ ਫਿਰ ਇਹਨਾਂ ਨੇ ਕਰਨਾ ਕੀ ਕਰਨਾ ਕਿ ਇਹ ਜਿਹੜੇ ਬੱਚੇ ਨੇ ਇਹ ਵਿਦੇਸ਼ੋਂ ਆਏ ਨੇ ਅਤੇ ਮਹਿੰਗੀਆਂ ਗੱਡੀਆਂ ਜਿਹੜੇ ਕਿ ਜਹਾਜ਼ ਸ਼ਿਪ ਕਰਕੇ ਉਸਦੇ ਵਿੱਚ ਜਿਹੜਾ ਕਿ ਇਹ ਆਪਣੀਆਂ ਮਹਿੰਗੀਆਂ ਗੱਡੇ ਨੂੰ ਇੱਥੇ ਲੈ ਕੇ ਆਏ ਨੇ ਇਸ ਦੇ ਨਾਲ ਹੀ ਜਿਹੜੇ ਇਹ ਨੌਜਵਾਨ ਆਏ ਨੇ ਇਹਨਾਂ ਦਾ ਕਹਿਣਾ ਕਿ ਅਸੀਂ ਹੁਣ ਵਾਪਿਸ ਵਿਦੇਸ਼ ਨਹੀਂ ਜਾਵਾਂਗੇ ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲੇ ਨੇ ਇੰਨੀਆਂ ਉੱਚੀਆਂ ਜਿਹੜੇ ਕਿ ਆਪਣੀਆਂ ਉਪਾਧੀਆਂ ਹਾਸਲ ਕੀਤੀਆਂ ਉਸਦੇ ਬਾਵਜੂਦ ਵੀ ਉਹ ਆਪਣੇ ਪਿੰਡ ਦੇ ਵਿੱਚ ਰਹਿ ਕੇ ਆਪਣੀ ਜ਼ਮੀਨ ਦੇ ਨਾਲ ਆਪਣੀ ਧਰਤੀ ਦੇ ਨਾਲ ਪਿਆਰ ਕਰਦਾ ਸੀ ਖੇਤੀ ਕਰਦਾ ਸੀ ਇੱਕ ਸਿੱਧੇ ਤੌਰ ਤੇ ਸਧਾਰਨ ਤੌਰ ਦੇ ਉੱਤੇ ਜਿਹੜਾ ਸਿੱਧੂ ਮੂਸੇਵਾਲਾ ਆਪਣਾ ਜੀਵਨ ਬਿਤਾਉਂਦਾ ਸੀ ਤੇ ਅਸੀਂ ਵੀ ਇਹੀ ਸੋਚਿਆ ਕਿ ਹੁਣ ਅਸੀਂ ਵਿਦੇਸ਼ ਨਹੀਂ ਜਾਵਾਂਗੇ ਅਤੇ ਅਸੀਂ ਆਪਣਾ ਪੰਜਾਬ ਦੇ ਵਿੱਚ ਆਪਣੇ ਜੱਦੀ ਪਿੰਡਾਂ ਦੇ ਵਿੱਚ ਰਹਾਂਗੇ ਅਤੇ ਉਹੀ ਖੇਤੀ ਕਰਾਂਗੇ ਜਿਹੜੀ ਖੇਤੀ ਸਾਨੂੰ ਕਰਨੀ ਚਾਹੀਦੀ ਹੈ ਅਸੀਂ ਆਪਣੀਆਂ ਜ਼ਮੀਨਾਂ ਨੂੰ ਵਾਹਵਾਂਗੇ ਖੇਤੀ ਕਰਾਂਗੇ ਤੇ ਪੂਰੀ ਮਿਹਨਤ ਜਿਹੜੀ ਕਿ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਹੀ ਕਰਾਂਗੇ ਅਸੀਂ ਵਿਦੇਸ਼ ਦੇ ਵਿੱਚ ਨਹੀਂ ਜਾਵਾਂਗੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਜਿਹੜਾ ਕੰਮ ਪੰਜਾਬ ਸਰਕਾਰ ਨੂੰ ਚਾਹੀਦਾ ਕਿਉਂਕਿ ਲਗਾਤਾਰ ਸਾਡੀ ਜਿਹੜੀ ਪੰਜਾਬ ਦੀ ਨੌਜਵਾਨੀ ਹੈ ਉਹ ਬਾਹਰ ਦਾ ਰੁੱਖ ਕਰ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਬਾਹਰ ਜਾ ਰਹੇ ਨੇ ਪਰ ਦੂਸਰੇ ਪਾਸੇ ਹੁਣ ਸਿੱਧੂ ਮੂਸੇਵਾਲੇ ਦੀ ਸੋਚ ਨੂੰ ਦੇਖਦੇ ਹੋਏ ਹੁਣ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਉਹ ਵਿਦੇਸ਼ੋਂ ਵਾਪਿਸ ਪੰਜਾਬ ਆ ਰਹੇ ਨੇ ਅਤੇ ਇੱਥੇ ਰਹਿ ਕੇ ਆਪਣੀ ਖੇਤੀ ਕਰਨਗੇ ਅਤੇ ਆਪਣਾ ਜੀਵਨ ਹੈ ਉਹ ਇੱਥੇ ਹੀ ਜਿਹੜਾ ਉਹ ਬਸਰ ਕਰਨਗੇ ਜਿਸ ਨੂੰ ਲੈ ਕੇ ਸਿੱਧੂ ਦੀ ਸੋਚ ਦੇ ਉੱਤੇ ਹੁਣ ਉਹਨਾਂ ਦੇ ਚਾਹਣ ਵਾਲਿਆਂ ਦੇ ਵੱਲੋਂ ਪਹਿਰਾ ਉਹ ਦਿੱਤਾ ਜਾ ਰਿਹਾ ਹੈ ਜਿਸਦੇ ਚੱਲਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜੋ ਸੋਚ ਸਿੱਧੂ ਦੀ ਸੀ ਅੱਜ ਕੱਲ੍ਹ ਹੁਣ ਉਹਨਾਂ ਦੀ ਸੋਚ ਦੇ ਉੱਤੇ ਉਹਨਾਂ ਦੇ ਫੈਨਸ ਵੀ ਚੱਲ ਰਹੇ ਨੇ ਪਰ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਜਿਹੜੇ ਕੰਮ ਕਰਨੇ ਚਾਹੀਦੇ ਸੀ ਉਹ ਸਿੱਧੂ ਦੇ ਗੀਤਾਂ ਨੇ ਅਤੇ ਸਿੱਧੂ ਦੇ ਕੰਮਾਂ ਨੇ ਕਰ ਦਿਖਾਇਆ ਬਿਊਰੋ ਰਿਪੋਰਟ ਰੋਜ਼ਾਨਾ ਟਾਈਮ।